ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਹਾਂ, ਤਾਂ ਆਪਾਂ ਪ੍ਰੈਕਟਿਸ ਪੇਪਰ ਆ ਜਿਹੜੇ ਸ਼ੁਰੂ ਕੀਤੇ ਸੀ, 2 ਨੰਬਰ ਪ੍ਰੈਕਟਿਸ ਪੇਪਰ ਕਰਦੇ ਪਏ ਹਾਂ ਬੇਟਾ। ਉਹਦੇ ਵਿੱਚ ਆਪਾਂ 10 ਤੱਕ ਸਵਾਲ ਕਰ ਲਏ, 11 ਨੰਬਰ ਸਵਾਲ ਧਿਆਨ ਨਾਲ ਦੇਖੋ। ਕਹਿੰਦਾ 4/5 ਜਮਾਂ 4/5 ਜਮਾਂ 4/5 ਜਮਾਂ 4/5। ਤਾਂ ਬੇਟਾ ਇਹ ਤਾਂ ਇੱਕ ਸੌਖਾ ਢੰਗ ਵੀ, ਇੱਕ ਤਾਂ ਹੈਗਾ ਲਘੂਤਮ ਲੈ ਲਓ ਤੁਸੀਂ, ਇੱਕ ਇਹਦਾ ਸੌਖਾ ਢੰਗ ਹੈ ਕਿੰਨੀ ਵਾਰੀ ਹੈ 4/1, 2, 3, 4, 5। ਤਾਂ ਇਹਦਾ ਸੌਖਾ ਢੰਗ ਹੈ 5 × 4/5, 5 ਦੇ ਨਾਲ 5 ਕੱਟੇ ਗਏ ਤਾਂ 4 ਉੱਤਰ ਆ ਗਿਆ ਇਹਦਾ, ਠੀਕ ਹੈ ਬੇਟਾ। ਦੂਜਾ ਢੰਗ ਇਹ ਵੀ, ਤੁਸੀਂ ਇਹਦਾ ਲਘੂਤਮ ਲਓਗੇ ਤਾਂ ਇਹ ਲਘੂਤਮ 5 ਲਿਆ ਜੂ, ਅਤੇ 4 × 5 = 20, 20/5 ਵੀ 4 ਹੀ ਆ ਜਾਣਾ। ਪਰ ਸੌਖਾ ਢੰਗ ਹੈ, ਜਿੰਨੀ ਵਾਰੀ ਦਿੱਤਾ ਉਨੀ ਵਾਰੀ ਉਹਨੂੰ ਗੁਣਾ ਕਰ ਦਿਉ। ਤਾਂ ਆਪਾਂ ਆਲਟਰਨੇਟਿਵ ਆਂਸਰ 2 ਅਤੇ 4 ਉੱਤਰ ਦਿੰਦਾ ਪਿਆ, ਆਪਾਂ ਇਹਨੂੰ ਇਹਦੇ ਰਾਈਟ ਆਂਸਰ ਲਿਖ ਦਿੰਦੇ। ਅੱਗੇ ਬੇਟਾ ਸਵਾਲ ਨੰਬਰ 12, ਕਹਿੰਦਾ 2 ਸੰਖਿਆਵਾਂ ਦਾ ਯੋਗ ਫਲ 40 ਹੈ ਅਤੇ ਅੰਤਰ 10 ਹੈ, ਵੱਡੀ ਸੰਖਿਆ ਕੀ ਹੈ? ਬੇਟਾ ਆਪਾਂ ਹਿੱਟ ਐਂਡ ਟਰਾਇਲ ਨਾਲ ਲਾਉਂਦੇ ਹਾਂ, ਠੀਕ ਹੈ। ਤਾਂ ਜੇ ਮੰਨ ਲਓ ਵੱਡੀ ਸੰਖਿਆ, ਆਪਾਂ ਮੰਨ ਲੈਂਦੇ ਹਾਂ ਵੱਡੀ ਸੰਖਿਆ 30 ਹੈ ਤਾਂ ਛੋਟੀ ਸੰਖਿਆ 40, ਕਿਉਂਕਿ ਜੋੜ 40 ਹੈ, ਤਾਂ ਉਹਨਾਂ ਦਾ ਅੰਤਰ 10 ਨਹੀਂ ਆਉਂਦਾ ਪਿਆ, ਅੰਤਰ 20 ਆ ਜਾਂਦਾ, ਠੀਕ ਹੈ। ਆਹ 40 ਤਾਂ ਹੋ ਹੀ ਨਹੀਂ ਸਕਦੀ ਕਿਉਂਕਿ ਦੋਵਾਂ ਦਾ ਜੋੜ ਆ। ਅਤੇ ਆਹ ਤੀਜੀ ਹੈ ਜਿਹੜੀ ਬੇਟਾ 20, ਮੰਨ ਲਓ ਜੇ ਪਹਿਲੀ 20 ਹੈ ਤਾਂ ਦੂਜੀ ਵੀ 20, ਤਾਂ ਇਹਨਾਂ ਦਾ ਜੋੜ ਫਲ ਜਿਹੜਾ 40 ਬਣ ਜਾਂਦਾ, ਠੀਕ ਹੈ। ਤਾਂ ਫਿਰ ਇਹਨਾਂ ਦਾ ਅੰਤਰ ਨਹੀਂ ਬਣਦਾ। ਆਹ 25, ਜੇ ਇੱਕ ਸੰਖਿਆ 25 ਹੈ ਤਾਂ ਦੂਜੀ ਸੰਖਿਆ ਕਿੰਨੀ ਹੋਊਗੀ? 15, ਠੀਕ ਹੈ। 25 ਅਤੇ 15 ਦਾ ਜੋੜ ਫਲ 40 ਹੈ ਅਤੇ ਇਹਨਾਂ ਦਾ ਅੰਤਰ 25 − 15 ਕਰਾਂਗੇ ਤਾਂ 10 ਆ। ਇਹ ਕੰਡੀਸ਼ਨ ਨੂੰ ਫੁੱਲਫਿਲ ਕਰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿੱਕ ਕਰ ਦੇਵਾਂਗੇ। ਬੇਟਾ ਕੰਪੀਟੀਸ਼ਨ ਦੇ ਵਿੱਚ ਇੱਦਾਂ ਹਿੱਟ ਐਂਡ ਟਰਾਇਲ ਮੈਥਡ ਵਰਤਾਂਗੇ ਤਾਂ ਅਸੀਂ ਛੇਤੀ ਜਿਹੜਾ ਹੈਗਾ ਸਵਾਲ ਨੂੰ ਕਰ ਪਾਵਾਂਗੇ, ਠੀਕ ਹੈ ਬੇਟਾ। ਜੇ ਆਪਾਂ ਇਹ ਐਕਸ ਵਾਈ ਮੰਨ ਕੇ, ਉਹ ਲੰਬਾ ਚੱਕਰ ਪੈ ਜਾਂਦਾ, ਠੀਕ ਹੈ। ਤਾਂ ਅੱਗੇ ਬੇਟਾ 218 ਵਿੱਚੋਂ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਜੋੜੀ ਜਾਵੇ ਕਿ ਸੰਖਿਆ 8 ਨਾਲ ਪੂਰੀ ਪੂਰੀ ਵੰਡੀ ਜਾਵੇ? ਬੇਟਾ ਅਸੀਂ ਕੀ ਕਰਦੇ ਹਾਂ, 218 ਨੂੰ 8 'ਤੇ ਭਾਗ ਦੇਣਾ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ ਬੇਟਾ। ਇਹ ਜਦੋਂ ਇੱਦਾਂ ਦਾ ਸਵਾਲ ਆ ਜਾਂਦਾ ਤਾਂ 8 'ਤੇ ਭਾਗ, 8 × 16 5 × 21 58, 8 × 7 56। ਬੇਟਾ ਤੁਸੀਂ ਕੀ ਕਰਨਾ, ਹੁਣ 8, 7, 56 ਆਉਂਦੇ ਪਏ ਆ, ਇਹਦੇ 2 ਢੰਗ ਹੈ। ਜਾਂ ਤੁਸੀਂ ਇੱਕ ਹੱਥ ਅੱਗੇ ਨੂੰ ਲੈ ਜਾਓ, ਠੀਕ ਹੈ, 8, 8, 64, ਤਾਂ ਹੇਠਲੀ ਰਕਮ 'ਚੋਂ ਉੱਪਰਲੀ ਰਕਮ ਜਦੋਂ ਅਸੀਂ ਘਟਾਉਂਦੇ ਹਾਂ, 58 ਅਤੇ 6, 64 ਆਉਂਦਾ ਆ, ਆਹ 6 ਉੱਤਰ ਆਊਗਾ ਜੇਕਰ ਅਸੀਂ ਇਹਦੇ ਵਿੱਚ 6 ਜੋੜ ਦਿੰਦੇ ਹਾਂ। ਜੇਕਰ ਅਸੀਂ ਇਹਦੇ ਵਿੱਚ 6 ਜੋੜ ਦਿੰਦੇ ਹਾਂ ਤਾਂ ਸਾਰੀ ਸੰਖਿਆ ਪੂਰੀ ਪੂਰੀ ਹੈ ਜਿਹੜੀ ਵੰਡੀ ਜਾਊਗੀ, 218 + 6 224 ਹੋ ਜੂਗੀ। ਮੇਰਾ ਖਿਆਲ ਆ ਬੇਟਾ ਗੱਲ ਸਪਸ਼ਟ ਹੋਊਗੀ, ਜਿੰਨੇ 'ਤੇ ਜਾਂਦਾ 8, 7, 56 ਆਉਣੇ ਸੀ ਇੱਥੇ, ਪਰ ਅਸੀਂ ਇੱਕ ਹੱਥ ਅੱਗੇ ਲੈ ਜਾਂਦੇ, ਫਿਰ ਹੇਠਲੀ ਰਕਮ 'ਚੋਂ ਉੱਪਰਲੀ ਰਕਮ ਘਟਾ ਦਿੰਦੇ ਹਾਂ, ਠੀਕ ਹੈ। ਤਾਂ ਇੱਕ ਢੰਗ ਇਹ, ਦੂਜਾ ਢੰਗ ਇਹ ਹੈਗਾ। ਜੇ ਤੁਸੀਂ ਇੱਦਾਂ ਨਹੀਂ ਕਰਨਾ ਤਾਂ ਫਿਰ ਤੁਸੀਂ ਕੀ ਕਰੋ, ਇਸੇ ਤਰ੍ਹਾਂ 218 ਇਹਨੂੰ ਬੇਟਾ 8 'ਤੇ ਭਾਗ, 8 × 16 5 × 21 58 8, 7, 56, ਠੀਕ ਹੈ। 2 ਬਾਕੀ ਬਚ ਗਏ, ਜਿਹੜੇ ਬਾਕੀ ਬਚਦੇ ਆ ਉਹ 8 ਦੇ ਵਿੱਚੋਂ ਆਪਾਂ ਘਟਾ ਦੇਣੇ, 8 − 2 = 6। ਤੁਹਾਨੂੰ ਆ 2 ਢੰਗ ਦੱਸ ਦਿੱਤੇ, ਤੁਹਾਨੂੰ ਦੋਵਾਂ 'ਚੋਂ ਜੇ ਇਹ ਵਧੀਆ ਲੱਗਦਾ ਇਹਦੇ ਨਾਲ ਕਰ ਲਓ, ਇਹ ਵਧੀਆ ਲੱਗਦਾ ਤਾਂ ਇਹਦੇ ਨਾਲ ਕਰ ਲਓ। ਉੱਤਰ ਸਾਡਾ ਇੱਥੇ ਵੀ 6 ਆਇਆ, ਇੱਥੇ ਵੀ 6 ਆਇਆ, ਤਾਂ ਆ ਪਹਿਲਾ ਹੀ ਆਲਟਰਨੇਟਿਵ ਠੀਕ ਆ, ਆਪਾਂ ਇਹਨੂੰ ਐਜ਼ ਏ ਰਾਈਟ ਆਂਸਰ ਟਿੱਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 14, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਭਿੰਨ 1/4 ਨਾਲ ਜੋੜਨ 'ਤੇ 2 ਦੇ ਬਰਾਬਰ ਹੋ ਜਾਂਦੀ ਹੈ?
ਤਾਂ ਮੰਨੋ ਭਿੰਨ ਬਰਾਬਰ ਏ ਐਕਸ, ਤਾਂ ਇੱਕ ਵਟਾ, ਹੁਣ ਸਵਾਲ ਅਨੁਸਾਰ ਇੱਕ ਵਟਾ ਚਾਰ ਨਾਲ ਜੋੜਨ 'ਤੇ ਐਕਸ ਇੱਕ ਵਟਾ ਚਾਰ ਜਮ੍ਹਾਂ ਐਕਸ, ਭਾਵੇਂ ਐਕਸ ਇੱਧਰ ਲਿਖ ਲਓ ਕੋਈ ਗੱਲ ਨਹੀਂ, ਬਰਾਬਰ ਏ ਦੋ। ਠੀਕ ਹੈ ਬੇਟਾ, ਤਾਂ ਆਪਾਂ ਐਕਸ ਦੀ ਕੀਮਤ ਕੱਢਣੀ, ਐਕਸ ਇੱਧਰ ਰੱਖ ਲਓ, ਇੱਕ ਵਟਾ ਚਾਰ ਜਮ੍ਹਾਂ ਦੇ ਉੱਧਰ ਜਾ ਕੇ ਘਟਾਓ ਦੇ ਬਣ ਜਾਣਗੇ ਦੋ ਮਾਈਨਸ ਇੱਕ ਵਟਾ ਚਾਰ। ਤਾਂ ਬੇਟਾ ਇਹਦਾ ਇੱਕ ਢੰਗ ਇਹ ਹੈ ਵੀ ਜਾਂ ਤਾਂ ਤੁਸੀਂ ਚਾਰ ਦੂਣੀ ਅੱਠ ਮਾਈਨਸ ਇੱਕ ਸੱਤ ਵਟਾ ਚਾਰ ਆ ਗਿਆ, ਜਾਂ ਫਿਰ ਇਹਦਾ ਲਘੁੱਤਮ ਲੈ ਕੇ ਕਰੋਗੇ ਤਾਂ ਵੀ ਇਹ ਉੱਤਰ ਸੇਮ ਹੀ ਆਉਣਾ, ਪਰ ਆ ਸੌਖਾ ਚਾਰ ਦੂਣੀ ਅੱਠ ਮਾਈਨਸ ਇੱਕ ਬਰਾਬਰ ਏ ਸੱਤ ਵਟਾ ਚਾਰ। ਤਾਂ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ ਬੇਟਾ, ਇਹਨੇ ਇਹਨੂੰ ਅੱਗੇ ਸਹੀ ਬਟਿਆਂ ਦੇ ਵਿੱਚ ਦਿੱਤਾ ਹੋਇਆ ਆ, ਤਾਂ ਜਦੋਂ ਅਸੀਂ ਸੱਤ ਨੂੰ ਵਿੱਚ ਰੱਖਾਂਗੇ ਚਾਰ 'ਤੇ ਭਾਗ, ਚਾਰ ਏਕਮ ਚਾਰ ਤਿੰਨ ਇੱਕ ਸਹੀ ਤਿੰਨ ਵਟਾ ਚਾਰ। ਇਹ ਬੇਟਾ ਆਪਾਂ ਉੱਥੇ ਮੌਕੇ ਦੇ ਉੱਤੇ ਦੇਖ ਲੈਣਾ ਵੀ ਉਹ ਕਿਸ ਤਰ੍ਹਾਂ ਉੱਤਰ ਬਟਿਆਂ 'ਚ ਮੰਗਦਾ ਪਿਆ ਜਾਂ ਮਿਕਸ ਫ੍ਰਿਕਸ਼ਨ ਦੇ ਵਿੱਚ ਮੰਗਦਾ ਪਿਆ। ਠੀਕ ਹੈ, ਤਾਂ ਆਹ ਸਾਡਾ ਰਾਈਟ ਉੱਤਰ ਆ ਗਿਆ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 15। ਇਹ ਆਪਾਂ ਬੇਟਾ ਪਹਿਲਾਂ ਵੀ ਗੱਲ ਕਰਕੇ ਚੁੱਕੇ ਹੋਏ ਹਾਂ ਵੀ ਕਹਿੰਦਾ 45 ਡਿਗਰੀ ਦਾ ਸੰਪੂਰਨ ਕੋਣ ਕੀ ਹੋਵੇਗਾ। ਤਾਂ ਮੈਂ ਤੁਹਾਨੂੰ ਦੱਸਿਆ ਸੀ ਸੰਪੂਰਨ ਕੋਣਾਂ ਦਾ ਜੋੜ ਬਰਾਬਰ 180 ਡਿਗਰੀ ਹੁੰਦਾ ਆ, ਅਤੇ ਪੂਰਕ ਕੋਣਾਂ ਦਾ ਜੋੜ 90 ਡਿਗਰੀ ਹੁੰਦਾ। ਪਹਿਲਾਂ ਆਪਾਂ ਆਹ ਹੱਲ ਕਰ ਲਈਏ, 45 ਦਾ ਸੰਪੂਰਕ ਕੋਣ, ਤਾਂ ਇਹਦਾ ਮਤਲਬ 45 ਜਮ੍ਹਾਂ ਐਕਸ, ਸੰਪੂਰਕ ਕੋਣ ਨੂੰ ਐਕਸ ਬਣ ਲੈਂਦੇ, ਬਰਾਬਰ 180, ਤਾਂ ਐਕਸ ਬਰਾਬਰ 180 ਮਾਈਨਸ 45, ਇਹ ਆ ਗਿਆ ਬੇਟਾ 135 ਡਿਗਰੀ। 180 ਮਾਈਨਸ 45 135 ਡਿਗਰੀ। ਠੀਕ ਹੈ, ਇਹ ਸੰਪੂਰਕ ਕੋਣਾਂ ਦਾ ਜੋੜ 180 ਹੁੰਦਾ ਹੈ। ਠੀਕ ਹੈ, ਅਤੇ ਪੂਰਕ ਕੋਣਾਂ ਦਾ ਜੋੜ, ਇਹ ਧਿਆਨ ਰੱਖਣਾ, ਇੱਥੇ ਸਵਾਲ ਆਪਣਾ ਨਿਕਲ ਗਿਆ ਬੇਟਾ, 135 ਡਿਗਰੀ ਉੱਤਰ ਆ ਗਿਆ। ਪੂਰਕ ਜੇ ਉਹ ਪੁੱਛ ਲਵੇ ਪੂਰਕ ਕੋਣ, ਅਤੇ ਪੂਰਕ ਕੋਣਾਂ ਦਾ ਜੋੜ ਆ ਜਿਹੜਾ ਦਾ ਜੋੜ 90 ਡਿਗਰੀ ਹੁੰਦਾ, ਇਹ ਤੁਸੀਂ ਚੇਤੇ ਰੱਖਣਾ। ਜੇ ਇਹਦਾ ਪੂਰਕ ਪੁੱਛਦਾ ਤਾਂ 45 ਡਿਗਰੀ ਆਉਣਾ ਸੀ, ਪਰ ਉਹਨੇ ਸੰਪੂਰਕ ਪੁੱਛਿਆ ਹੈ। ਠੀਕ ਹੈ, ਸੰਪੂਰਨ ਜਦੋਂ ਸੰਪੂਰਕ ਪੁੱਛੂਗਾ ਤਾਂ ਉਦੋਂ 180 ਚੋਂ ਘਟਾਵਾਂਗੇ, ਪੂਰਕ ਪੁੱਛੂਗਾ ਤਾਂ 90 ਚੋਂ ਘਟਾ ਦੇਵਾਂਗੇ, ਫਿਰ ਇਹਦਾ ਉੱਤਰ 45 ਆ ਜਾਣਾ ਸੀਗਾ, ਪਰ ਮੈਂ ਤੁਹਾਨੂੰ ਦੱਸਣ ਲਈ ਦੱਸ ਦਿੱਤਾ। ਇਹਦੇ ਨਾਲ ਹੀ ਬੇਟਾ ਸਾਡੇ ਜਿਹੜੇ 15 ਤੱਕ ਸਵਾਲ ਕੰਪਲੀਟ ਹੋ ਗਏ, 135 ਡਿਗਰੀ ਉੱਤਰ ਆ ਗਿਆ। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ।